ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਜਿਹੜਾ ਆਪਣੇ ਕਬੀਲੇ ਨੂੰ ਜਾਣਦਾ, ਇੱਲਾ ਨੂੰ ਜਾਣਦਾ ਹੈਗਾ। ਇਹ ਕੱਚਾ ਪਿਓ ਹੈਗਾ, ਉਹੀ ਆਦਮੀ ਮੁਸਲਮਾਨ ਬਣ ਸਕਦਾ ਹੈਗਾ, ਦੂਜਾ ਨਹੀਂ ਬਣ ਸਕਦਾ। ਇਹਨੂੰ ਕਹਿੰਦੇ ਬਾ-ਇੱਲਾ। ਬਾ-ਇੱਲਾ ਨਾਲ ਜਿਹੜਾ ਹੈਗਾ, ਜਿਹੜੀ ਕੌਮ ਮੇਰੀ ਹੈਗੀ ਜੱਟ, ਇਹ ਕੱਚਾ ਪਿਓ ਹੈਗਾ, ਪੱਕਾ ਪਿਓ ਮੇਰਾ ਰੂਹ ਦਾ ਹੈਗਾ, ਰੂਹ ਦਾ ਪਿਓ ਅੱਲਾ ਹੈਗਾ। ਇਹਨੂੰ ਇਹਨੂੰ ਇੱਲਾ ਕਹਿੰਦੇ ਨੇ। ਕਾਬਾ ਜਿਹੜਾ ਹੈਗਾ ਸ਼ਿਵ ਦਾ ਮੰਦਰ ਹੈਗਾ, ਉੱਥੇ ਕਈ ਇੱਲਾ ਪਏ ਸੀਗੇ। ਇਹ ਹੈਗਾ ਅਲ ਇੱਲਾ। ਅਲ ਇੱਲਾ ਮੀਨ ਦੀ ਫਾਦਰ ਸਪਿਰਚੁਅਲ ਅੱਲਾ। ਇਹ ਜਿਹੜੇ ਹੈਗੇ ਨਾ ਮੁੱਲਾ ਵਗੈਰਾ ਜਾਂ ਹੋਰ ਹੈਗੇ ਆਪਣੇ ਆਪ ਨੂੰ ਮੁਸਲਮਾਨ ਕਲਾਉਂਦੇ ਨਾ ਮੁਹੰਮਦਨ, ਇਹਨਾਂ ਮੈਂ ਇੱਕ ਸੂਫੀ ਮੁਸਲਮਾਨ ਨੂੰ ਪੁੱਛਿਆ ਵੀ ਅੱਲਾ ਦਾ ਓਰੀਜਨ ਕੀ ਹੈਗਾ, ਅੱਲਾ ਕਿੱਥੋਂ ਅਰਫਰ ਬਣਿਆ। ਕੁਛ ਨਹੀਂ ਪਤਾ ਉਹਨੂੰ, ਜਿਹਨੂੰ ਇਹ ਨਹੀਂ ਪਤਾ ਵੀ ਅੱਲਾ ਹਰਫ ਕਿੱਥੋਂ ਬਣਿਆ, ਉਹਨੂੰ ਬਾਕੀ ਦਾ ਕੀ ਪਤਾ ਹੋਣਾ। ਇਸ ਕਰਕੇ ਹਰ ਇੱਕ ਚੀਜ਼ ਜਿਹੜੀ ਹੈਗੀ ਤੁਸੀਂ ਮੁੱਢ ਨੂੰ ਮੁੱਢ ਤੋਂ ਸਮਝੋ। ਮੁੱਢ ਜਿਹੜਾ ਅੱਲਾ ਦਾ ਹੈਗਾ, ਇੱਲਾ ਹੈਗਾ, ਉਹ ਜਿਹੜਾ ਇੱਲਾ ਹੈਗਾ ਉਹ ਇਹ ਹਜ ਕੀਤੀਆਂ ਹਾਸਲ ਹੁੰਦਾ ਹੈਗਾ। ਹਜ ਵਿੱਚ ਹੈਗਾ ਜਿਹੜੇ ਸੀਗੇ ਇਬਰਾਹਿਮ ਜੀ ਸੀਗੇ, ਇਬਰਾਹਿਮ ਉਹਨੇ ਸਜਾਇਆ ਸੀਗਾ। ਉਹਦੇ 'ਚ ਇਹ ਦੱਸਿਆ ਵੀ ਆਦਮੀ ਬੰਦੇ ਦਾ ਪੁੱਤਰ ਕਿੱਦਾਂ ਬਣਦਾ। ਇਹ ਜਿਹੜਾ ਹੈਗਾ ਇਜਿਪਸ਼ੀਅਨ ਹੈਗੇ ਨੇ, ਇਹਨਾਂ ਕੋਲ ਇਨਸਾਨੀਅਤ ਹੈਗੀ, ਅਤੇ ਜਿਹੜੇ ਜੀਵ ਹੈਗੇ ਨੇ ਇਹਨਾਂ ਕੋਲ ਰੂਹਾਨੀਅਤ ਹੈਗੀ। ਇਹ ਰੂਹਾਨੀਅਤ 'ਚ ਇਹਨਾਂ ਬੜੇ ਉੱਚੇ ਆਪਣੇ ਆਪ ਨੂੰ ਸਮਝਦੇ ਨੇ, ਅਤੇ ਉਸ ਮਗਰੂੜੀ 'ਚ ਹੋਮੇ ਵਿੱਚ ਇਹ ਆਪਣੀ ਜਾਤੀ ਵੀ ਖੋ ਬੈਠੇ ਨੇ। ਜੀਵ ਜਿਹੜਾ ਹੈਗਾ, ਜੀਵ ਹੈਗਾ ਮਜ਼ਬੀ ਰੂਪ ਹੈਗਾ, ਇਨਵਰਡਲੀ, ਬਾਹਰਲਾ ਨਹੀਂ ਹੈਗਾ, ਜਿਸਮ ਦਾ ਨਹੀਂ। ਜਿਸਮ ਦਾ ਹੈਗਾ ਕੋਈ ਜੁੱਡਾ ਟਰਾਈ, ਕੋਈ ਬੈਂਜਾ ਭਾਈ ਲੀਵਾਈ ਟਰਾਈ। ਅਤੇ ਇਹ ਜਦੋਂ ਜੀਵ ਬਣ ਜਾਂਦੇ ਜਿਸਮ ਦੇ ਨਾਲ, ਇਹਨਾਂ ਦਾ ਕੋਵਨੈਂਟ ਇਬਰਾਹਿਮ ਨਾਲ ਟੁੱਟ ਜਾਂਦਾ ਹੈਗਾ। ਇਹ ਇਬਰਾਹਿਮ ਨਾਲ ਨਹੀਂ ਜੋੜ ਸਕਦੇ ਆਪਣੇ ਆਪ ਨੂੰ, ਪਰ ਜੇ ਆਪਣੇ ਜੁੱਡਾ ਟਰਾਈ ਵਿੱਚ ਰਹਿ ਨੇ ਉਹ, ਫਿਰ ਇਹ ਜੋੜ ਸਕਦੇ ਨੇ। ਇਸ ਕਰਕੇ ਆਦਮੀ ਦੇ ਜਿਹੜੇ ਪੁੱਤਰ ਹੁੰਦੇ ਉਹ ਕੌਮਾਂ ਦੇ ਪੁੱਤਰ ਹੁੰਦੇ ਨੇ। ਜਿਹੜੇ ਸ਼ੈਤਾਨ ਦੇ ਪੁੱਤਰ ਹੈਗੇ ਨੇ ਉਹ ਮਜ਼ਬੀ ਰੰਗ ਚਾੜਦੇ ਆਪਣੇ ਆਪ ਨੂੰ, ਮਜ਼ਬੀ ਰੰਗ ਚਾੜ ਕੇ ਤੇ ਇੱਕ ਨੰਬਰ ਦੇ ਸ਼ੈਤਾਨ ਦੇ ਪੁੱਤਰ ਪੁੱਤਰ ਬਣ ਜਾਂਦੇ ਨੇ, ਜੋ ਕਹਿੰਦਾ ਉਹ ਕਰਦੇ ਨੇ। ਇਹ ਸ਼ੈਤਾਨ ਦਾ ਨਾਂ ਹੈਗਾ ਅਲ ਜਮਾਤ ਅਲ ਅਕਸਾ, ਅਤੇ ਉਹਦੇ ਬਾਰੇ ਮੈਂ ਦੱਸਾਂਗਾ ਹੁਣ ਤੁਹਾਨੂੰ। ਸ਼ੈਤਾਨ ਜਿਹੜੇ ਹੈਗੇ ਨੇ ਹਜ ਤੇ ਆਰਟੀਕਲ ਹੈਗਾ ਲਿਖਿਆ ਹੋਇਆ, ਇਹ ਤੁਹਾਨੂੰ ਮਿਲ ਜਾਏਗਾ। ਤੇ ਹਜ ਜਦੋਂ ਕਰਨ ਜਾਂਦੇ ਨੇ ਉਦੋਂ ਪਹਿਲੇ ਦਿਨ ਸੱਤ ਬੱਤੀਆਂ ਇਹਨੂੰ ਮਾਰਦੇ ਨੇ ਜਿਹੜਾ ਵੈਸਟ ਵਿੱਚ ਹੈਗਾ, ਇਹਨੂੰ ਕਹਿੰਦੇ ਅਲ ਜਮਾਤ ਅਲ ਅਕਸਾ। ਇਹ ਜਿਹੜਾ ਹੈਗਾ ਇਹ ਝੁਕਿਆ ਹੋਇਆ ਪਹਾੜੀ ਦੇ ਨਾਲ, ਇੱਥੇ ਪਹਾੜੀ ਹੈਗੀ ਇੱਥੇ ਝੁਕਿਆ ਹੋਇਆ ਨਾਲ। ਅੱਜ ਜਿਹੜੀ ਹੈਗੀ ਉਹ ਪਹਾੜੀ ਢਾ ਦਿੱਤੀ ਹੈਗੀ ਅਤੇ ਉਹਨੂੰ ਇੱਦਾਂ ਦਾ ਬਣਾ ਦਿੱਤਾ, ਯਾਨੀ ਉਹਦੀ ਅਹਿਮੀਅਤ ਜਾਂਦੀ ਰਹੀ। ਅਤੇ ਸੱਚ ਬੱਚੀਆਂ ਪਹਿਲੇ ਦਿਨ ਇਹਨੂੰ ਪੈਂਦੀਆਂ ਇਕੱਲੇ ਨੂੰ। ਇਹ ਹੈਗਾ ਰੂਹਾਨੀ ਜਿਹੜਾ ਮਜ਼ਹਬ ਦੇ ਨਾਂ 'ਤੇ ਲੋਕਾਂ ਨੂੰ ਭੜਕਾਉਂਦਾ ਹੈਗਾ। ਦੂਏ ਦਿਨ, ਤੀਏ ਦਿਨ, ਚੌਥੇ ਦਿਨ ਤਿੰਨਾਂ ਨੂੰ ਸੱਤ ਸੱਤ ਬੱਚੀਆਂ ਪੈਂਦੀਆਂ ਨੇ, ਯਾਨੀ ਸਾਰੀਆਂ 70 ਬੱਚੀਆਂ ਪੈਂਦੀਆਂ ਨੇ। ਅਤੇ ਇਹ ਜਿਹੜੇ ਸ਼ੈਤਾਨ ਹੈਗੇ ਇਹਨਾਂ ਦੀ ਅਹਿਮੀਅਤ ਇਹ ਹੈਗੀ ਕਿ ਆਹ ਜਿਹੜਾ ਸ਼ੈਤਾਨ ਹੈਗਾ ਇਹ ਜੀਜ਼ ਨੇ ਵੀ ਦੱਸਿਆ ਯੂਨਿਕ ਸਮ ਵਰ ਬੋਰਨ ਆਫ ਦੀ ਵੂਮੈਨ। ਆਹ ਜਿਹੜੇ ਹੈਗੇ ਨੇ ਜਿਹੜੇ ਆਪਣੇ ਹਰਾਮੀ ਹੁੰਦੇ ਨੇ ਕੰਜਰੀਆਂ ਦੇ ਪੇਟ 'ਚੋਂ ਜਾਂ ਦਾਸੀਆਂ ਦੇ ਪੇਟ 'ਚ ਪੈਦਾ ਹੁੰਦੇ ਨੇ ਉਹ ਇਹ ਹੈਗੇ ਨੇ। ਇਹਨਾਂ ਨੂੰ ਮਸਟਰਡ ਸੀਡ ਕਹੀਦਾ ਹੈਗਾ। ਜੀਜ਼ ਜਿਹੜਾ ਸੀਗਾ ਅਨੋਇੰਟਿਡ ਮਾਸਟਰ ਸੀਡ ਸੀਗਾ, ਉਹ ਸੈਕਿੰਡ ਐਡਮ ਸੀਗਾ, ਉਸਦਾ ਪਹਿਲੇ ਐਡਮ ਦਾ ਕੋਈ ਤਲਕ ਨਹੀਂ ਸੀਗਾ। ਇਸ ਕਰਕੇ ਪਹਿਲੇ ਐਡਮ ਦੀ ਦੁਨੀਆ ਉਸ ਨੂੰ ਇਸ ਦੇ ਕਰੇਗੀ ਮੁਕਾਬਲੇ 'ਚ। ਉਹਨੇ ਇਸ ਜ਼ਮੀਨ 'ਚ ਉਹਦਾ ਕੋਈ ਹੱਕ ਨਹੀਂ ਸੀਗਾ, ਉਹ
ਕਹਿੰਦਾ ਵੀ ਜਿਹੜੇ ਫੋਕਸਿਸ ਆਰ ਗੋਜ਼ ਟੂ ਰੈਸਟ ਦੇਅਰ ਹੈਡ, ਸਨ ਆਫ ਮੈਨ ਹੈਜ਼ ਨਨ. ਜਿਹੜਾ ਸਨ ਆਫ ਮੈਨ ਸੀ ਕ੍ਰਾਈਸਟ ਜੀਸਸ ਸੈਕਿੰਡ ਐਡਮ, ਉਹਦਾ ਇੱਥੇ ਇਸ ਪਹਿਲੇ ਐਡਮ ਦੇ ਧਰਤੀ ਦਾ ਕੋਈ ਹੱਕ ਨਹੀਂ ਸੀਗਾ. ਉਹ ਇੱਕ ਕਿਸਮ ਦਾ ਫਲੋਟਿੰਗ ਆਇਆ ਵਾ ਅਤੇ ਫਲੋਟਿੰਗ ਚਲਾ ਗਿਆ, ਉਹ ਆਪਣਾ ਜਿਸਮ ਵੀ ਨਾਲ ਲੈ ਗਿਆ, ਕੋਈ ਇੱਥੇ ਛੱਡ ਕੇ ਨਹੀਂ ਗਿਆ ਚੀਜ਼ਾਂ. ਅਤੇ ਇਹ ਹੈਗਾ ਉਹ ਹਰਾਮੀ, ਇਹ ਜੇ ਆਪਣੇ ਡਿਵੋਟ ਕਰਨ ਲਈ ਸ਼ਾਦੀ ਨਹੀਂ ਕਰਾ ਸਕਦੇ, ਸ਼ਾਦੀ ਕਰਾਉਣਗੇ ਤਾਂ ਹੋਰ ਹਰਾਮੀ ਪੈਦਾ ਕਰਨਗੇ, ਅਤੇ ਇਸ ਕਰਕੇ ਇਹ ਉਹ ਹਰਾਮੀ ਹੈਗੇ ਨੇ ਜਿਹੜੇ ਕੰਜਰੀ ਪੇਟ ਪੈਦਾ ਹੁੰਦੇ ਨੇ. ਇਹ ਇੱਕ ਪਖਤ ਬਣ ਸਕਦੇ ਨੇ, ਆਪਣਾ ਟਾਈਮ ਡਿਵੋਟ ਕਰੇ ਵੱਡੇ ਪਖਤ ਬਣ ਸਕਦੇ ਨੇ. ਭਗਤ ਬਿੱਦਰ ਜਿਹਦੇ ਕੋਲ ਕ੍ਰਿਸ਼ਨ ਆ ਕੇ ਠਹਿਰਿਆ ਸੀ, ਉਹ ਇਹ ਸੀਗਾ, ਇਹ ਪੈਦਾ ਹੋਇਆ ਸੀ ਦਾਸੀ ਦੇ ਪੇਟ ਵਿੱਚੋਂ. ਇਹ ਆਹ ਜਿਹੜੇ ਹੈਗੇ ਨੇ ਸ਼ੈਤਾਨ ਜਿਹੜਾ ਹੈਗਾ ਇਹ ਕੌਮ ਦੇ ਘਰ ਪੈਦਾ ਹੁੰਦਾ ਹੈਗਾ, ਪਰ ਇਹ ਦੇਖਦਾ ਹੈਗਾ ਵੀ ਉਹ ਫਲਾਣੇ ਮੁਲਕ 'ਚ ਜਾਂ ਫਲਾਣੇ 'ਚ ਬਹੁਤ ਲੋਕ ਅਮੀਰ ਹੈਗੇ ਨੇ, ਉਹਨਾਂ ਨਾਲ ਕਿ ਉਹਨਾਂ ਰਲ ਜਾਵਾਂ. ਇਹ ਹੈਗਾ ਅਪਰਚੂਨਿਸਟ, ਅਪਰਚੂਨਿਟੀ, ਇਹ ਮੌਕਾ ਸ਼ਨਾਖਤ ਹੈਗਾ, ਇਹ ਆਪਣੀ ਕੌਮ ਬਦਲ ਲੈਂਦਾ ਮੌਕੇ ਦੇ ਹਿਸਾਬ ਨਾਲ. ਮੁਗਲ ਆਏ, ਮੁਗਲ ਮੁਹੰਮਦਨ ਸੀਗੇ, ਅਤੇ ਜਦੋਂ ਖੱਤਰੀ ਅਰੋੜੇ ਅਤੇ ਹੋਰ ਕੋਈ ਕੌਮਾਂ ਦੇ ਲੋਕ, ਇਹ ਮੁਹੰਮਦਨ ਬਣੇ ਆਲਮ ਸੀਗੇ ਅਤੇ ਸ਼ੇਖ ਕਲਾਉਣ ਲੱਗ ਪਏ. ਲੋਕਾਂ ਨੇ ਬਥੇਰਾ ਇਹਨਾਂ ਦਵਾਈ ਦਿੱਤੀ. ਸ਼ੇਖ ਔਰ ਸ਼ੈਤਾਨ ਕਾ ਰੁਤਬਾ ਏਕ ਹੈ, ਔਰ ਸ਼ੈਤਾਨ ਸ਼ੇਖ ਸਿਕੰਦਰੇ ਨੇਕ ਹੈ. ਇਹ ਹੈਗਾ ਅਸਲੀ ਅਸਲੀ ਸ਼ੈਤਾਨ, ਇਹ ਘਰ 'ਚ ਰਹਿੰਦਾ ਹੈਗਾ, ਸਭ ਕੁਛ ਕਰਦਾ ਹੈਗਾ. ਇਹਨੂੰ ਜੀਜ਼ ਨੇ ਕਿਹਾ ਸਮ ਯੂਨਿਕਸ ਆਰ ਮੇਡ ਬਾਈ ਮੈਨ, ਇਹ ਹੈਗਾ ਜਿਹੜੇ ਯੂਨਿਕ ਹੈਗੇ ਨੇ ਹਰਾਮੀ. ਅਤੇ ਇਹ ਜੇ ਪੋਲੀਟਿਕਸ ਵਿੱਚ ਇਹ ਹੈਗਾ ਇਕਨੋਮੀਕਲ, ਆਹ ਹੈਗਾ ਸੋਸ਼ਲ ਇਕਮੈਨੀਕਲ. ਜੇ ਪੋਲੀਟਿਕਸ ਵਿੱਚ ਆ ਜਾਣ ਇਹ ਆਪਣੇ ਮਜ਼ਹਬੀ ਜੇ ਬਣਾਉਣ ਆਪਣੇ ਪਾਰਟੀ ਉਹਦੇ ਹੈੱਡ ਬਣ ਜਾਣ ਤਾਂ ਇਹ ਬਣ ਇਹਦਾ ਸ਼ੈਤਾਨ ਦਾ ਨਾਂ ਹੋ ਜਾਂਦਾ ਅਲ ਜਮਾਤ ਅਲ ਅਕਸਾ. ਜਿਹੜੇ ਬੰਦੇ ਦੇ ਪੁੱਤਰ ਹੈਗੇ ਨੇ ਉਹ ਨਹੀਂ ਲੋਕਾਂ ਨੂੰ ਭੜਕਾਉਣਗੇ, ਜਿਹੜੇ ਪੱਕੇ ਹਰਾਮੀ ਨੇ ਉਹ ਭੜਕਾਉਣਗੇ. ਬਹੁਤ ਸਾਰੇ ਆਹ ਜਿਹੜੇ ਲੋਕ ਹੈਗੇ ਨੇ ਜਿਨ੍ਹਾਂ ਨੇ ਆਪਣੀ ਕੌਮ ਬਦਲੀ ਹੈਗੀ, ਇਹ ਸ਼ੈਤਾਨ ਬੰਦੇ ਨੇ. ਅਲ ਜਮਾਤ ਅਲ ਅਕਸਾ ਇੰਡੀਆ 'ਚ ਹੈਗਾ ਮਸ਼ਹੂਰ, ਮਜ਼ਹਬ ਦੇ ਨਾਂ 'ਤੇ ਲੋਕਾਂ ਨੂੰ ਭੜਕਾਉਂਦੇ ਨੇ. ਹਿੰਦੂ, ਸਿੱਖ, ਮੁਸਲਿਮ, ਜਿਊ, ਕ੍ਰਿਸਚੀਅਨ ਐਟਸੈਕਟਰਾ, ਆਹ ਸਾਰੇ ਇੱਥੇ ਆ ਜਾਂਦੇ ਨੇ. ਮਜ਼ਹਬੀ ਨਾਂ, ਮਜ਼ਹਬੀ ਨਾਂ 'ਤੇ ਪੋਲੀਟੀਕਲ ਪਾਰਟੀ ਇੱਥੇ ਆ ਜਾਂਦੇ. ਤਾਲਿਬਾਨ ਵੀ ਇੱਥੇ ਆ ਜਾਂਦੇ, ਭਿੰਡਰਾਂ ਵਾਲਾ ਵੀ ਇੱਥੇ ਆ ਜਾਂਦਾ ਹੈਗਾ. ਅਤੇ ਆਹ ਉਹ ਸ਼ੈਤਾਨ ਹੈਗੇ ਨੇ ਜਿਹੜੇ ਬਗੈਰ ਗੈਰ ਮਜ਼ਹਬੀ ਜਮਾਤਾਂ ਬਣਾਉਂਦੇ ਨੇ, ਜਿੱਦਾਂ ਲੇਬਰ ਹੋਇਆ, ਕੰਜ਼ਰਵੇਟਿਵ ਹੋਇਆ, ਲਿਬਰਲ ਹੋਇਆ, ਗ੍ਰੀਨ ਪਾਰਟੀ ਹੋਈ, ਆਪ ਪਾਰਟੀ ਹੋਈ, ਅੱਜਕੱਲ੍ਹ ਜਾਣੀ ਕਿ ਜਿੱਦਾਂ ਜੋ ਮਨ 'ਚ ਆਇਆ ਉਹ ਬਣਾ ਲੈਂਦੇ ਜਮਾਤ, ਕਾਂਗਰਸ, ਕਮਿਊਨਿਸਟ ਐਟਸੈਟਰਾ. ਇਹਨੂੰ ਕਹਿੰਦੇ ਅਲ ਜਮਾਤ ਅਲ ਕੁਬਰਾ, ਇਹ ਵੀ ਸ਼ੈਤਾਨ ਹੈਗਾ, ਇਹ ਵੀ ਵੱਡਾ ਸ਼ੈਤਾਨ ਹੈਗਾ. ਇਹ ਵੀ ਪਹਾੜੀ, ਉਹ ਵੀ ਪਹਾੜੀ, ਦੇ ਦੋਨਾਂ ਦਾ ਇੱਕੋ ਹੀ ਹੈਗਾ ਜਿਹੜਾ ਨਿਸ਼ਾਨ ਹੈਗਾ. ਇਹ ਪਹਾੜੀ ਜਨੂਨੀਆਂ ਦੀ ਹੈਗੀ, ਉਹ ਇੱਥੇ ਚੁੱਕਿਆ ਹੋਇਆ. ਇੱਥੇ ਜਿਹੜਾ ਜਿੱਦਾਂ ਆਇਆ ਤੋਂ ਲੱਖ ਮੀਨਿੰਗ ਮੋਰਸੀ ਹੋਇਆ, ਪ੍ਰੈਜੀਡੈਂਟ ਮੋਰਸੀ, ਮੁਸਲਿਮ ਬ੍ਰਦਰਹੁੱਡ ਇਜਿਪਟ 'ਚ, ਕਿਉਂਕਿ ਇਨਸਾਨੀਅਤ ਹੈਗੀ ਉੱਥੇ. ਅੱਜ ਵੀ ਮਜ਼ਹਬ ਦੇ ਨਾਂ 'ਤੇ ਲੋਕਾਂ ਨੂੰ ਨਹੀਂ ਭੜਕਾਉਣ ਦਿੰਦੇ, ਦਬਾ ਦਿੰਦੇ ਨੇ. ਇਸ ਕਰਕੇ ਉਹਨਾਂ ਨੇ ਮੋਰਸੀ ਜਿਹੜਾ ਇਲੈਕਟਿਡ ਦਾ ਪ੍ਰੈਜੀਡੈਂਟ ਹੋਇਆ ਸੀ ਉਹਨੂੰ ਜੇਲ੍ਹ 'ਚ ਪਾ ਦਿੱਤਾ ਸੀ, ਉੱਥੇ ਹੀ ਉਹ ਮਰਿਆ ਹੈਗਾ. ਅਤੇ ਇਹੋ ਹੀ ਜਿਹੜੇ ਜਿਹੜਾ ਹੈਗਾ ਆਪਣੇ ਇਸ ਸ਼ੈਤਾਨ ਨੂੰ ਜੇ ਤੁਸੀਂ ਦਬਾਉਣਾ ਹੈਗਾ, ਜਦੋਂ ਇਹਨੂੰ ਰਫਾ ਦਫਾ ਕਰਨਾ ਹੈਗਾ, ਤੁਸੀਂ ਆਪਣੇ ਪਿਓ ਦੇ ਪੁੱਤਰ ਰਹੋ ਬਣ ਕੇ,
ਇਹੋ ਹੀ ਸ਼ੈਤਾਨ ਚ ਚਿੰਨੀ ਚ ਰਸ਼ੀਆ ਵਿੱਚ ਆਪਣਾ ਸਿਰ ਇਹਨੇ ਚੱਕਿਆ ਸੀ ਅਤੇ ਜਿਹੜੇ ਲੋਕੀ ਲੋਕਲ ਸੀਗੇ ਨਾ ਆਪਣੇ ਕੌਮਾਂ ਦੇ ਆਦਮੀ ਉਹਨਾਂ ਨੇ ਉਹਨੂੰ ਦਬਾ ਦਿੱਤਾ ਸੀਗਾ ਟ੍ਰਾਈਬਲ ਪੀਪਲ ਉਹਨਾਂ ਨੇ ਦਬਾ ਦਿੱਤਾ ਸੀ ਜਿੱਥੇ ਵੀ ਟ੍ਰਾਈਬਲ ਪੀਪਲ ਸਟਰੋਂਗ ਹੋਣਗੇ ਉਹ ਇਸ ਨੂੰ ਮਾਰਨਗੇ ਅਤੇ ਇਸ ਨੂੰ ਮਾਰਨ ਦਾ ਇਹੋ ਹੀ ਸੌਦਾ ਹੈਗਾ ਸਿੱਧਾ ਤੁਸੀਂ ਆਪਣੇ ਪਿਓ ਨਾ ਭੁੱਲੋ ਜੇ ਪਿਓ ਭੁੱਲ ਗਏ ਅਤੇ ਇਹ ਸ਼ੈਤਾਨ ਫਿਰ ਤੁਹਾਡੇ ਮਾਰੇਗਾ ਇਹਦੇ ਕਾਬੂ ਆ ਗਿਆ ਅਤੇ ਇਹਨੇ ਤੁਹਾਨੂੰ ਦੇ ਰਹੇ ਜਿੰਨਾ ਮਾਰਨਾ ਜਿੱਦਾਂ 1947 ਵਿੱਚ ਇਹ ਜਿਹੜਾ ਗਾਂਧੀ ਸੀ ਲਾਲਾ ਤਾਰਾ ਸਿੰਘ ਮਲਹੋਤਰਾ ਸੀ ਲਾਲਾ ਅਤੇ ਲਾਲਾ ਮੁਹੰਮਦ ਜੀ ਜਨਾ ਇਹ ਉਹ ਸ਼ੈਤਾਨ ਹੈ ਜੀ ਇੱਥੇ ਇਹਨਾਂ ਨੇ ਜਨੂਨੀ ਪਹਾੜ ਬਣਾਏ ਹਿੰਦੂ ਸਿੱਖ ਅਤੇ ਮੁਸਲਮਾਨ ਦੇ ਫਿਰ ਇੰਡੀਆ ਦੀ ਪਾਰਟੀਸ਼ਨ ਹੋਈ ਅਤੇ ਖੂਨ ਖਰਾਬਾ ਹੋਇਆ ਅੱਜ ਉਹਦੇ ਨਾਲ ਵੀ ਜ਼ਿਆਦਾ ਖੂਨ ਖਰਾਬਾ ਹੋਣਾ ਇਹ ਜਿਹੜੇ ਤਾਲਿਬਾਨ ਹੈਗੇ ਇਹ ਵੀ ਇਹੋ ਸ਼ੈਤਾਨ ਹੈਗੇ ਨੇ ਇਹਨਾਂ ਨੇ ਕਸ਼ਮੀਰ ਦੇ ਵਿੱਚ ਦਖਲ ਦੇਣਾ ਹੈਗਾ ਕਸ਼ਮੀਰ ਦੇ ਲੋਕ ਜਿਹੜੇ ਹੈਗੇ ਨੇ ਉਹ ਇਹ ਸ਼ੈਤਾਨ ਨੂੰ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਸਪੋਰਟ ਦਿੰਦੇ ਨੇ ਜਿਹੜੇ ਕਸ਼ਮੀਰ ਦੇ ਸ਼ੈਤਾਨ ਮੁੱਲਾ ਹੈਗੇ ਨੇ ਉਹ ਦੂਸਰੇ ਮੁਲਕਾਂ 'ਚ ਜਾ ਕੇ ਲੋਕਾਂ ਨੂੰ ਭੜਕਾਉਂਦੇ ਨੇ ਇਹ ਬਹੁਤ ਜ਼ਬਰਦਸਤ ਸ਼ੈਤਾਨ ਹੈਗਾ ਕਸ਼ਮੀਰ ਦਾ ਅਤੇ ਹੁਣ ਤੁਸੀਂ ਦੇਖੋ ਤਾਲਿਬਾਨ ਆ ਗਿਆ ਨਾ ਕਸ਼ਮੀਰ 'ਚ ਇਹਨਾਂ ਨੇ ਹੁਣ ਜਿਹੜੇ ਕਸ਼ਮੀਰੀ ਥੋੜ੍ਹੀ ਬਹੁਤੀ ਰੋਟੀ ਖਾਂਦੇ ਹੋਣ ਉਹ ਵੀ ਉਹਨਾਂ ਨੇ ਹਟਾ ਦੇਣੀ ਹੋਈ ਕਿਉਂ ਇੰਡੀਆ ਨੇ ਜੰਗ ਕਰ ਦੇਣੀ ਇੰਡੀਆ ਨੇ ਉਹਨਾਂ ਨੇ ਮਾਰਨਾ ਹੈਗਾ ਜਦੋਂ ਮਾਰਿਆ ਤਾਂ ਜਿਹੜੀ ਰਹਿੰਦੀ ਖੁੰਦੀ ਪੱਤ ਹੀ ਕਸ਼ਮੀਰੀਆਂ ਦੀ ਉਹ ਵੀ ਜਾਂਦੀ ਰਹੇਗੀ ਇਹ ਸਾਰਾ ਅੱਲਾ ਕਰਾਉਂਦਾ ਹੈਗਾ ਕਿਉਂ ਇਹਨਾਂ ਕਸ਼ਮੀਰੀਆਂ ਨੇ ਸਤਿਗੁਰੂ ਤੇਗ ਬਹਾਦਰ ਜੀ ਮਾਰਿਆ ਸੀਗਾ ਇਹ ਮੁੱਲਾ ਬਣ ਕੇ ਔਰੰਗਜ਼ੇਬ ਦੇ ਦਰਬਾਰ 'ਚ ਬੈਠੇ ਸੀ ਅਤੇ ਇਹਨਾਂ ਨੇ ਭੜਕਾਇਆ ਸੀ ਲੋਕਾਂ ਨੂੰ ਇਹੋ ਹੀ ਜਨੇਊ ਲੋਕਾਂ ਦੇ ਜਨੇਊ ਲਹਾਉਂਦੇ ਸੀਗੇ ਅਤੇ ਹੋਰ ਬਹੁਤ ਸਾਰੇ ਜ਼ੁਲਮ ਕੀਤੇ ਇਹਨਾਂ ਨੇ ਅਤੇ ਇਹ ਉਹ ਸ਼ੈਤਾਨ ਹੈਗਾ ਇਹਨੂੰ ਫਿਰ ਉਹ ਮਰੇਗਾ ਅਤੇ ਇਸ ਕਰਕੇ ਕਾਬਾ ਜਿਹੜਾ ਹੈਗਾ ਇਹ ਜਿਹੜਾ ਓਰੀਜਨਲ ਹੈਗਾ ਇਹਦਾ ਕਾਬੇ ਦਾ ਇਹ ਹੈਗਾ ਸ਼ਿਵ ਦਾ ਮੰਦਰ ਮਹਾਂਦੇਵ ਦਾ ਆਦਮ ਦਾ ਮੰਦਰ ਹੈਗਾ ਇਹਦੇ 'ਚ ਅੱਲਾ ਦਾ ਕੋਈ ਪ੍ਰੋਡਕਟ ਨਹੀਂ ਹੈਗਾ ਇਹ ਸਾਰਾ ਜਿਹੜਾ ਕੰਪਲੈਕਸ ਹੈਗਾ ਇਹ ਆਦਮ ਦਾ ਹੈਗਾ ਜਿਹੜੀ ਮਸਜਿਦ ਹੁੰਦੀ ਉਹ ਮੁਸਲਮਾਨ ਵਾਲੀ ਹੁੰਦੀ ਮੁਸਲਮਾਨ ਹੁੰਦੇ ਜਿਹਦਾ ਇਮਾਨ ਪੱਕਾ ਹੋਵੇ ਜਿੱਦਾਂ ਗੁਰਦੁਆਰਾ ਹੈਗਾ ਇੱਡੇ ਮਸਜਿਦ ਦੀ ਵੀ ਉਹ ਇਸ ਕਰਕੇ ਜਿਹੜੀ ਮਸਜਿਦ 'ਚ ਜਿਹੜੇ ਹੈਗਾ ਜਿਹੜੇ ਬੱਚੇ ਹੈਗੇ ਨੇ ਜਿਹਨਾਂ ਨੂੰ ਕੁਛ ਸਿੱਖਿਆ ਨਹੀਂ ਹੈਗਾ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ ਅੰਦਰ ਆਉਣ ਦੀ ਇਸ ਕਰਕੇ ਮਸਜਿਦ ਜਿਹੜੀ ਉੱਥੇ ਹੈਗੀ ਆਪਣੇ ਕਾਬਾ ਹੈਗੀ ਉਹਦਾ ਨਾਮ ਮਸਜਿਦ ਅਲ ਹਰਾਮ ਰੱਖਿਆ ਹੈਗਾ ਅਲ ਹਰਾਮ ਹੈ ਨਾ ਹਾਈਲੀ ਫਰਬਿਡਨ ਇਹ ਮੁਕੱਦਸ ਕਹਿ ਦਿੰਦੇ ਹੁਣ ਮੁਕੱਦਸ ਨਹੀਂ ਹਾਈਲੀ ਫਰਬਿਡਨ ਵੀ ਬੱਚੇ ਨਹੀਂ ਉੱਥੇ ਜਾ ਸਕਦੇ ਅਤੇ ਇਹ ਜਦੋਂ ਹੱਜ ਕੀਤਾ ਜਾਂਦਾ ਹੈਗਾ ਅਤੇ ਇਹਦੇ ਬਾਅਦ ਮੁਹੰਮਦ ਸਾਹਿਬ ਨੇ ਕਿਹਾ ਹੈਗਾ ਕਹਿ ਇਸਲਾਮਾ ਇਮਾਨ ਹੱਥ ਨਾ ਸੈਂਟਰ ਯੂਰ ਹਾਰਟ ਹਾਰਟ ਯੈਟ ਅਸੀਂ ਜੋ ਕਹਿ ਰਹੇ ਅੱਲਾ ਦਾ ਜਿਹੜਾ ਅੱਲਾ ਨੇ ਰੂਹ ਜਿਹੜੀ ਹੈਗੀ ਅੱਲਾ ਨੇ ਕੱਢੀ ਹੈਗੀ ਜਿਸਮ ਵਿੱਚ ਮੈਂ ਉਹਦੀ ਰਜ਼ਾ ਨੂੰ ਕਬੂਲ ਕਰਦਾ ਕਿ ਜਿੱਥੇ ਮੇਰਾ ਜਨਮ ਹੋਇਆ ਉਸ ਨੂੰ ਮੈਂ ਕਬੂਲ ਕਰਦਾ ਅਤੇ ਇਹ ਹੈਗਾ ਇੱਥੇ ਕਹਿ ਅੱਲਾ ਸੋ ਕਹਿ ਇਸਲਾਮਾ ਇਮਾਨ ਹੱਥ ਨਾ ਟੈਂਟਰ ਯੂਰ ਹਾਰਟ ਯੈਟ ਇੱਥੇ ਇਮਾਨ ਨਹੀਂ ਕੱਚਾ ਨਾ ਪੱਕਾ ਨਹੀਂ ਵੜਿਆ ਜਦੋਂ ਬੰਦੇ ਦੇ ਪੁੱਤਰ ਹੋਵੇ ਤੇ ਤੁਹਾਨੂੰ ਜਿਹੜਾ ਹੈਗਾ ਨਾ ਮੌਲਵੀ ਜਾਂ ਕੋਈ ਰੱਬ ਆਈ ਹੋਇਆ ਜਿਹੜਾ ਮੋਰਲ ਟੀਚਰ ਹੈਗਾ ਉਹ ਤੁਹਾਨੂੰ ਸਿਕਸ਼ਾ ਦੇਵੇਗਾ ਜੇ ਤੁਸੀਂ ਸ਼ੈਤਾਨ ਦੇ ਪੁੱਤਰ ਹੈਗੇ ਤੁਸੀਂ ਸਿਕਸ਼ਾ ਨਹੀਂ ਲੈ ਸਕਦੇ ਉਹ ਚੋਂ ਸ਼ੈਤਾਨ ਦੇਵੇਗਾ ਫਿਰ ਸਿਕਸ਼ਾ ਦਿਓ ਸ਼ੈਤਾਨ ਹੈਗਾ ਵੱਡੇ ਜਦੋਂ ਹੋ ਜਾਂਦੇ ਆ ਹੋ ਜਾਂਦੇ ਉਦੋਂ ਤੁਹਾਨੂੰ ਪਕੜ ਲਏਗਾ ਛੋਟਿਆਂ ਨੂੰ ਮਦਰਸਿਆਂ ਵਗੈਰਾ ਵਿੱਚ ਉਹ ਤੁਹਾਨੂੰ ਕਰ ਲਏਗਾ ਉਹ ਪਿੰਡਰਾਂ ਵਾਲਾ ਵੀ ਉਹ ਸ਼ੈਤਾਨ ਸੀ ਇਹ ਵੀ ਹਾਂਜੀ ਮਹਾਰਾਜ ਲਖਸਾ ਉਹ ਵੀ ਮਦਰਸਾ ਦਮਦਮੀ ਟਕਸਾਲ ਦਾ ਪੜ੍ਹਿਆ ਹੋਇਆ ਸੀਗਾ
ਇਸ ਕਰਕੇ ਇਹ ਸੁਰਤੀ ਦਾ ਕੰਮ ਹੈਗੀ ਹੈ। ਸੁਰਤੀ ਵਿੱਚ ਤੁਸੀਂ ਉਹ ਗੱਲ ਕਰਨੀ ਹੈਗੀ ਜਿਹੜੀ ਤੁਹਾਡੇ ਅੱਲਾਹ ਨੂੰ ਪਸੰਦ ਹੈਗੀ। ਆਹ ਜਿਹੜੀ ਹੈਗੀ, ਆਹ ਜਿਹੜਾ ਸਰੀਰ ਹੈਗਾ, ਇਹ ਅੱਲਾਹ ਦੀ ਮਸੀਤ ਹੈਗੀ। ਅੱਲਾਹ ਇਹਦੇ 'ਚ ਹੈਗਾ ਅਤੇ ਅੱਲਾਹ ਇਹਦੇ 'ਚ ਹੈਗਾ। ਜੋ ਮੈਂ ਗੱਲ ਕਰਦਾ ਉਹ ਅੱਲਾਹ ਨੂੰ ਮੂੰਹ ਰੱਖ ਕੇ ਕਰਦਾ, ਮੈਂ ਅੱਲਾਹ ਨੂੰ ਮੋਹਰੇ ਰੱਖ ਕੇ। ਮੇਰੀ ਪਿੱਠ ਹੈਗੀ ਦੁਨੀਆ ਵੱਲ, ਮੂੰਹ ਮੇਰਾ ਅੱਲਾਹ ਵੱਲ ਹੈਗਾ। ਜਿਹੜੀ ਅੱਲਾਹ ਨੂੰ ਪਾਉਂਦੀ ਹੈਗੀ ਗੱਲ, ਉਹ ਮੈਂ ਕਰਾਂਗਾ। ਦੂਜੀ ਗੱਲ ਜਿਹੜੀ ਦੁਨੀਆ ਨੂੰ ਪਾਉਂਦੀ, ਉਹ ਨਹੀਂ ਕਰਾਂਗਾ ਮੈਂ। ਉਹ ਤੁਸੀਂ ਪੋਲੀਟੀਸ਼ੀਅਨ ਤੋਂ ਸਿੱਖੋ। ਪੋਲੀਟੀਸ਼ੀਅਨ ਆਪਣੇ ਵੋਟਾਂ ਲਈ ਖੂਬ ਕੂੜ ਬੋਲਦੇ ਨੇ। ਟੋਨੀ ਬਲੇਅਰ ਅਤੇ ਬੁਸ਼ ਨੇ ਕੁਫਰ ਬੋਲਿਆ ਕਿ ਸੈਡਮ ਹੁਸੈਨ ਦੇ ਕੋਲ ਵੈਪਨ ਆਫ ਮਾਸ ਡਿਸਟਰਕਸ਼ਨ ਹੈਗੇ ਨੇ। ਇੱਕ ਮੇਜਰ ਜਨਰਲ ਉੱਥੇ ਆਰਮੀ ਦਾ ਉੱਥੇ ਗਿਆ ਜਦੋਂ ਤਬਾਹੀ ਹੋਈ, ਅਤੇ ਉਹਨੇ ਆ ਕੇ ਸਾਨੂੰ ਇੱਥੇ ਲੈਕਚਰ ਦਿੱਤਾ ਰੈਡਿੰਗ। ਉਹ ਕ੍ਰਿਸਚੈਨਿਟੀ ਦਾ ਪ੍ਰਚਾਰ ਕਰਦਾ ਹੈਗਾ, ਅਤੇ ਉਹਨੂੰ ਲੋਕਾਂ ਨੇ ਪੁੱਛਿਆ ਕਿ ਸੈਡਮ ਹੁਸੈਨ ਕੋਲ ਸੀਗੇ ਵੈਪਨ ਆਫ ਮਾਸ ਡਿਸਟਰਕਸ਼ਨ, ਉਹ ਕਹਿੰਦਾ ਬਿਲਕੁਲ ਨਹੀਂ ਸੀਗੇ। ਤਾਂ ਉਹਦਾ ਕਾਰਡ ਹੈਗਾ, ਤੁਸੀਂ ਉਹਨੂੰ ਲਿਖ ਸਕਦੇ ਹੈਗਾ। ਇਹ ਹੈਗਾ ਮਿਲਟਰੀ ਇੰਟਰਨੈਸ਼ਨਲ ਮਿਨਿਸਟਰੀ, ਉਹ ਚਲਾਉਂਦਾ ਹੈਗਾ। ਅਤੇ ਇਹ ਜਿਹੜੇ ਹੈਗੇ ਨੇ ਗੋਰੇ ਹੈਗੇ ਨੇ, ਇਹ ਦੁਕਾਨਦਾਰ ਹੈਗੇ ਨੇ। ਦੁਕਾਨਦਾਰ ਜਿਹੜਾ ਉਹ ਜਦੋਂ ਬੋਲਦਾ ਹੈਗਾ ਉਹ ਕੌੜਾ ਨਹੀਂ ਬੋਲਦਾ, ਮਿੱਠਾ ਮਿੱਠਾ ਬੋਲਦਾ ਹੈਗਾ, ਮਿੱਠਾ ਕੂੜ ਹੁੰਦਾ। ਜਿਹੜਾ ਕੌੜਾ ਲੱਗਦਾ ਲੋਕਾਂ ਨੂੰ, ਜਿੱਦਾਂ ਮੈਂ ਕਹਿ ਦਿੰਦਾ ਵੀ ਉੱਨੀ ਹੋਲੋਕਾਸਟ ਵਿੱਚ ਇੱਕ ਵੀ ਨਹੀਂ ਵੀ ਮਰਿਆ, ਜਾਂ 1984 'ਚ ਜਾਂ 1947 ਵਿੱਚ ਜਿਹੜੀ ਆਪਣੀ ਟਰਬਲ ਹੋਈ ਸੈਕਟੇਰੀਅਨ ਰਾਇਟਸ, ਇੱਕ ਵੀ ਨਹੀਂ ਹਿੰਦੂ ਸਿੱਖ ਜਾਂ ਮੁਸਲਮਾਨ ਮਰਿਆ। ਇਹ ਤੁਸੀਂ ਗੁਰਦੁਆਰੇ ਕਹਿ ਕੇ ਦੇਖੋ ਵੀ ਇੱਕ ਵੀ ਨਹੀਂ ਸਿੱਖ ਮਰਿਆ 1984 'ਚ, ਕਿੱਦਾਂ ਲੋਕ ਤੁਹਾਡੇ 'ਤੇ ਛੜੱਪਾ ਲੈ ਕੇ ਪੈਂਦੇ ਨੇ। ਇੱਦਾਂ ਹੀ ਤੁਸੀਂ ਚਰਚ 'ਚ ਕਹਿ ਕੇ ਦੇਖ ਲਓ, ਇੱਕ ਵੀ ਨਹੀਂ ਜੀਵ ਮਰਿਆ। ਜਾਂ ਸੈਨਿਕ ਆਫਿਸ 'ਚ ਕਹਿ ਕੇ ਦੇਖ ਲਓ, ਇੱਕ ਵੀ ਨਹੀਂ ਜੀਵ ਮਰਿਆ। ਕਿੱਦਾਂ ਲੋਕ ਭੜਕੇ ਪੈਂਦੇ ਤੁਹਾਨੂੰ। ਪਰ ਜਦੋਂ ਤੁਸੀਂ ਸੱਚ ਬੋਲਦੇ ਹਾਂ, ਤੁਹਾਡਾ ਅੱਲਾ ਜਿਹੜਾ ਹੈਗਾ ਉਹਦਾ ਹੱਥ ਤੁਹਾਡੇ ਉੱਪਰ ਹੈਗਾ ਸਿਰ 'ਤੇ, ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ। ਮੇਰੇ ਫਾਦਰ ਸੀਗੇ 1947 ਸੀਗੇ 1947 'ਚ, ਅਤੇ ਆਮ ਲੋਕਾਂ ਨੂੰ ਦੱਸਦੇ ਵੀ ਸਿੱਖ ਪੰਥ ਹੈਗਾ, ਕੌਮ ਨਹੀਂ ਹੈਗੀ, ਕੌਮ ਬਣਾਓਗੇ ਪੱਕੇ ਹਰਾਮੀ ਬਣ ਜਾਓਗੇ। ਲੋਕ ਬੜੇ ਤੰਗ ਸੀ ਉਹਦੇ 'ਤੇ, ਸਾਡੀ ਸਿੱਖ ਕੌਮ ਨਹੀਂ ਬਣ ਦਿੰਦਾ ਹੈ। ਅਤੇ ਪਿੰਡਾਂ ਨੇ ਦੱਸਿਆ ਸੀ ਉਹਨਾਂ ਨੇ, ਇਹ ਜਿਹੜਾ ਕਾਰੋਬਾਰ ਹੈਗਾ, ਬੱਚੇ ਹੈਗੇ, ਇਹ ਤੁਹਾਡੇ ਜੱਟ ਕੌਮ ਦੇ ਹੈਗੇ ਨੇ। ਜੇ ਤੁਸੀਂ ਸਿੱਖ ਕੌਮ ਬਣਾ ਲਈ ਤਾਂ ਆਪਣੇ ਬਾਲ ਬੱਚੇ ਅਤੇ ਜ਼ਮੀਨ ਅਤੇ ਸਭ ਕੁਛ ਉਹਦੇ ਹੱਥ ਫੜਾ ਦਿਓਗੇ। ਅਤੇ ਉਹੀ ਗੱਲ ਹੋਈ 1947 'ਚ, ਜਦੋਂ ਲੋਕਾਂ ਨੇ ਆਪਣੀ ਕੌਮ ਸਿੱਖ ਅਤੇ ਹਿੰਦੂ ਅਤੇ ਮੁਸਲਮਾਨ ਬਣਾ ਲਈ, ਅਤੇ ਆਪਣੀ ਬੋਧੀ ਜਿਹੜੀ ਸੀਗੀ ਉਹ ਇਹਨਾਂ ਸ਼ੈਤਾਨਾਂ ਦੇ ਹੱਥ ਫੜਾ ਦਿੱਤੀ, ਅਤੇ ਪਾਰਟੀਸ਼ਨ ਵਿੱਚ ਇੱਕ ਦੂਏ ਨੂੰ ਮਾਰਿਆ। ਸਕੇ ਜਿਹੜੇ ਸੀਗੇ ਉਹ ਵੀ ਦੁਸ਼ਮਣ ਬਣ ਗਏ। ਅਤੇ ਉਹ ਜਨੂਨ ਦੇ ਵਿੱਚ, ਜਨੂਨ ਅੰਨੇ, ਜਨੂਨ ਵਿੱਚ ਆਦਮੀ ਅੰਨਾ ਹੁੰਦਾ ਹੈਗਾ, ਉਹ ਜਨੂਨ ਵਿੱਚ, ਅੰਨੇ ਜਨੂਨ ਵਿੱਚ ਬਹੁਤ ਸਾਰੀਆਂ ਅਤਿਆਚਾਰ ਹੋਏ, ਜ਼ੁਲਮ ਹੋਏ। ਪਰ ਹੁਣ ਜਿਹੜਾ ਹੋਣਾ ਨਾ, ਤਾਲਿਬਾਨ ਕਰਾਏਗਾ ਨਾ ਜ਼ੁਲਮ, ਉਹਦੇ ਨਾਲ ਵੀ ਵੱਧ ਕੇ ਹੋਏਗਾ। ਕਿਉਂ ਜਦ ਤਾਲਿਬਾਨ ਆ ਗਿਆ ਕਸ਼ਮੀਰ 'ਚ, ਉਹਨੇ ਇੰਡੀਆ 'ਚ ਵੀ ਕਰਾਉਣਾ ਹੈਗਾ। ਫਿਰ ਸਾਰੇ ਜਿਹੜੇ ਮੁਹੰਮਦਨ ਹੈਗੇ ਉਹਨਾਂ ਨੂੰ ਸਪੋਰਟ ਕਰਨਗੇ, ਅਤੇ ਉਹ ਫਿਰ ਫਸਾਦ ਹੋਣ ਦਾ ਅੰਦੇਸ਼ਾ ਹੈਗਾ। ਵੈਸੇ ਵੀ ਕਲ ਯੁੱਗ ਦਾ ਅਖੀਰ ਹੈਗਾ ਹੁਣ। ਇਹ ਜਿਹੜੇ ਯਹੂਦੀ ਹੈਗੇ ਨੇ, ਇਹਨਾਂ ਦੇ ਬਾਰੇ ਲਿਖਿਆ ਹੈਗਾ ਕਿ ਜਦੋਂ ਕਲ ਯੁੱਗ ਦਾ ਅਖੀਰ ਆਇਆ, ਇਹਨਾਂ ਨੂੰ ਇਕੱਠੇ ਕਰਕੇ ਜਲਾਵਾਂਗਾ। ਉਹ ਹੁਣ ਇਕੱਠੇ ਹੋ ਗਏ ਨੇ ਇਜ਼ਰਾਈਲ 'ਚ 2000 ਸਾਲ ਬਾਅਦ, ਅਤੇ ਇਹਨਾਂ ਦੀ ਜੁਲਾਈ ਜਿਹੜੀ ਹੈਗੀ ਉਹ 14 ਮਈ 2023 'ਚ ਹੋਏਗੀ, ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ। ਇਹ ਜਿਹੜੇ ਹੈਗੇ ਨਾ ਆਪਣੇ ਜੀਰੇ ਦੇ 12 ਸੀਗੇ ਨਾ ਕਾਮੇ, ਉਹਨਾਂ ਦਾ 12 ਉਹਦਿਆਂ ਦੀ ਕੌਮਾਂ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਸੱਤ ਸੀਗੇ
ਸੱਤ ਦਾ ਕੰਮ ਹੈਗਾ ਜਿਸਮ ਦੇ ਨਾਲ ਮਨੋਰਾ, ਅਤੇ ਪੰਜ ਹੈਗੇ ਕਾਮ ਕਰੋ ਮੂੰਹ ਮੋਹਕਾਰ ਨੀਅਤ ਦਾ। ਆਹ ਜਿਹੜੇ ਪੰਜ ਹੈਗੇ ਸਾਲ ਹੁਣ 2018 ਵਿੱਚ 70 ਸਾਲ ਹੋ ਗਏ ਸੀ ਇਸਰਾਇਲ ਨੂੰ, ਫੁੱਲੀ ਪ੍ਰੋਟੈਕਟਿਡ ਸੀਗਾ, ਅਤੇ ਡੋਨਲਡ ਟਰੰਪ ਬੱਚੇ ਵਰਗਾ ਉਹ ਇੱਥੇ ਟ੍ਰਿਬੂਲੇਸ਼ਨ ਦਾ ਬਟਨ ਦਬਾ ਗਿਆ। ਜਦੋਂ ਇਹ ਕਿਹਾ ਗਿਆ ਕਿ ਜਰੂਸਲਮ ਜਿਹੜਾ ਹੈਗਾ ਇਹ ਇਸਰਾਇਲ ਦਾ ਕੈਪੀਟਲ ਹੈਗਾ, ਉੱਥੋਂ ਇਹ ਸ਼ਰਾਰਤਾਂ ਸ਼ੁਰੂ ਹੋਈਆਂ ਨੇ। ਅਤੇ ਹੁਣ 5 ਸਾਲ ਹੈਗੇ ਨੇ, ਅਤੇ 2023 ਵਿੱਚ ਅਟੈਮਿਕ ਵਾਰ ਲੱਗੇ। ਤੁਸੀਂ ਬਹੁਤ ਸਾਰੀਆਂ ਦੇਖੋਗੇ ਦੁਨੀਆਂ 'ਚ ਗੜਬੜ, ਪਰ ਇਹਦੇ 'ਚ ਬਚਣ ਦਾ ਇੱਕੋ ਹੀ ਤਰੀਕਾ ਹੈਗਾ, ਆਪਣੇ ਪਿਓ ਦਾ ਰਹੋ, ਕਬੀਲੇ ਦਾ ਪੁੱਤਰ ਰਹੋ, ਅਤੇ ਤੁਹਾਨੂੰ ਕੋਈ ਹੱਥ ਨਹੀਂ ਲਾਏਗਾ। ਅੱਲਾ ਦਾ ਪ੍ਰਚਾਰ ਕਰੋ, ਮੂੰਹ ਆਪਣਾ ਅੱਲਾ ਵੱਲ ਨੂੰ ਕਰੋ, ਪਿੱਠ ਕਰੋ ਦੁਨੀਆਂ ਵੱਲ ਨੂੰ। ਅੱਲਾ ਦਾ ਪ੍ਰਚਾਰ ਸ਼ਾਹ ਸ਼ਮਿਤ ਤਬਰੇਜ਼ੀ ਕਰ ਗਿਆ, ਮੈਂ ਉਹਦਾ ਛੋਟਾ ਭਰਾ ਹੈਗਾ, ਅਤੇ ਇਸ ਕਰਕੇ ਉਹਦੇ ਪੂਰਨਿਆਂ 'ਤੇ ਚੱਲੋ, ਅਤੇ ਖੁੱਲ੍ਹੇ ਦਿਲ ਨਾਲ ਤੁਸੀਂ ਅਸਲੀ ਇਸਲਾਮ ਜਿਹੜਾ ਹੈਗਾ ਸ਼ਰੀਆ ਫਰੀ ਹੈਗਾ, ਉਹਦੇ ਸ਼ਰੀਆ ਨਹੀਂ ਲੱਗਦੀ, ਅੱਲਾ ਨੂਰ ਹੈਗਾ, ਨੂਰ 'ਤੇ ਸ਼ਰੀਆ ਨਹੀਂ ਲੱਗਦੀ, ਨੂਰ 'ਤੇ ਆਜ਼ਾਦ ਕਰਾਉਂਦਾ ਤੁਹਾਨੂੰ। ਰੋਸ਼ਨੀ ਨਾਲ ਆਦਮੀ ਅੰਧੇਰਾ ਦੂਰ ਕਰਦਾ ਹੈਗਾ, ਜਿਹੜਾ ਹੈਗਾ ਸ਼ੈਤਾਨ ਹੈਗਾ ਉਹ ਅੰਧੇਰਾ ਪੈਦਾ ਕਰਦਾ ਹੈਗਾ, ਅਤੇ ਜਿਹੜਾ ਤੁਸੀਂ ਅੰਧੇਰਾ ਦੂਰ ਕਰੋਗੇ ਨਾ ਤਾਂ ਅੱਲਾ ਦਾ ਹੱਥ ਉੱਪਰ ਹੈਗਾ ਤੁਹਾਡੇ ਸਿਰ 'ਤੇ, ਕੋਈ ਤੁਹਾਨੂੰ ਹੱਥ ਨਹੀਂ ਲਾਏਗਾ, ਕੋਈ ਤੁਹਾਡੀ ਕੁਛ ਨਹੀਂ ਹੁੰਦਾ। ਮੇਰੇ ਫਾਦਰ ਨੇ ਉਹ ਕਾਫੀ ਮਿਹਨਤ ਉਮਰੀ ਸੀਗੇ, ਅਤੇ ਕਾਫੀ ਲੋਕ ਬਰਖਰਾਫ ਕਹਿ ਰਹੀ, ਉਹ ਜੱਟਾਂ ਨੂੰ ਬਰਖਰਾਫ ਕੀਤਾ ਸੀ ਮੇਰੇ ਫਾਦਰ ਨੇ। ਉੱਚਾ ਨੀਵਾਂ ਇੱਕ ਬੋਲਿਆ ਸੀਗਾ ਪਰ ਉਹਨੇ ਹੱਥ ਨਹੀਂ ਮਾਰ ਲਾਇਆ, ਅਤੇ ਉਹਦੇ ਜਦੋਂ ਵੱਡੇ ਭਰਾ ਨੂੰ ਦੱਸਿਆ ਵੀ ਉਹ ਤੇਰਾ ਇੰਨਾ ਬੋਲ ਗਿਆ ਹੈਗਾ, ਉਹਨੇ ਉਹਨੂੰ ਝਿੜਕਿਆ। ਗ੍ਰੈਜੂਏਟਾਂ ਦਾ ਪਿੰਡ ਸੀਗਾ, ਅਤੇ ਇਸ ਤਰ੍ਹਾਂ ਹੈਗਾ ਇਹ। ਅਤੇ ਬਾਕੀ ਹੈਗਾ ਜਿਹੜਾ ਮਜ਼ਹਬ ਦਾ ਹੈਗਾ ਇਹ ਬਹੁਤ ਸੌਖਾ ਹੈਗਾ, ਜੇ ਤੁਸੀਂ ਆਪਣੇ ਦਿਲ ਨਾਲ ਗੱਲ ਕਰੋ। ਇਹ ਕਿਤਾਬਾਂ 'ਚ ਨਹੀਂ ਮਿਲਿਆ, ਇਹ ਜਿਹੜਾ ਇਹਨਾਂ ਹੈਗਾ ਕਿਤਾਬਾਂ 'ਚ ਨਹੀਂ ਹੈਗਾ, ਇਹ ਕਿਤਾਬਾਂ 'ਚ ਹੋਵੇ ਤਾਂ ਉਹਨਾਂ ਨੂੰ ਆਪ ਪੁੱਛੋ ਵੀ ਜਿਹੜੇ ਸ਼ੈਤਾਨ ਹੈਗੇ ਨੇ ਇਹਨਾਂ ਦਾ ਕੀ ਅਹਿਮੀਅਤ ਕੀ ਹੈਗੀ, ਜਿਹੜੇ ਮੌਲਵੀ ਹੈਗੇ ਨੇ ਉਹਨਾਂ ਨੂੰ ਪੁੱਛੋ ਵੀ ਆਹ ਸ਼ੈਤਾਨ ਇਹਨਾਂ ਦੇ ਨਾਂ ਕਿਉਂ ਹੈਗੇ ਨੇ ਇਹਨਾਂ ਦੇ, ਇਹਨੂੰ ਅਲਜਮਾਰ ਅਲ ਦੁਨੀਆ ਕਹਿੰਦੇ ਨੇ, ਅਲਜਮਾਰ ਅਲ ਬੁਸਤਾ, ਅਲਜਮਾਰ ਅਲ ਕੁਬਰਾ ਅਤੇ ਅਲਜਮਾਰ ਅਲ ਅਕਸਾ। ਇਹ ਨਾਂ ਨਹੀਂ ਆਉਂਦੇ ਮੌਲਵੀਆਂ ਨੂੰ, ਨਾ ਉਹਨਾਂ ਨੂੰ ਪਤਾ ਵੀ ਅੱਲਾ ਜਿਹੜਾ ਹੈਗਾ ਅੱਲਾ ਕਿੱਥੋਂ ਬਣਿਆਗਾ। ਇਹ ਜਿਹੜੇ ਸੀਗੇ ਕਾਬਾ, ਇਹ 12 ਤੋਂ 16 ਸਾਲ ਦੇ ਮੁੰਡਿਆਂ ਲਈ ਸੀਗਾ, ਉਹ ਕਾਬੇ ਨੂੰ ਸੱਚੇ ਹੱਥ ਰੱਖ ਕੇ 7 ਵਾਰੀ ਪ੍ਰਕਰਮਿਆ ਕਰਦੇ ਸੀ। ਉਹ ਹੈਗੀ ਬਾ ਇਲਾ ਦੀ, ਵੀ ਆਪਣੇ ਕਬੀਲੇ ਦਾ ਪਿਓ, ਕਬੀਲੇ ਦਾ ਪੁੱਤਰ ਬਣਿਆ। ਅਤੇ ਇਹ ਹੈਗਾ ਜੀ ਸ਼ਿਵ ਦਾ ਮੰਦਰ, ਅਤੇ ਇਹ ਹੈਗਾ ਜਿਹੜਾ ਪੱਥਰ ਹੈਗਾ ਸ਼ਿਵ ਲਿੰਗ ਕਹਿ ਦੀ ਵਜੋਂ ਸ਼ਿਵ ਲਿੰਗ ਹੈਗਾ। ਅਤੇ ਇੱਥੇ ਸਿਰਫ ਇਹ ਵੀ ਜਿਹੜੇ ਮੁਹੰਮਦ ਨੇਗੇ ਇਹਨਾਂ ਵੀ ਪਤਾ ਇੱਥੇ ਖੁਦਾ ਦਾ ਕੋਈ ਹਰ, ਇੱਥੇ ਖੁਦਾ ਦਾ ਘਰ ਹੈਗਾ, ਅੱਲਾ ਦਾ ਘਰ ਨਹੀਂ ਹੈਗਾ, ਕੁਦਰਤ ਖੁਦਾਏ ਦੀ ਨੂਰ ਅੱਲਾ ਦਾ, ਆਹ ਖੁਦਾ ਨੇ ਬਣਾਇਆ, ਬ੍ਰਹਮਾ ਨੇ ਯਾਵੇ ਨੇ, ਇਹ ਘਰ ਉਹਦਾ ਹੈਗਾ। ਜਿਹੜਾ ਅੱਲਾ ਦਾ ਘਰ ਹੈਗਾ ਉਹ ਅਲਕਸਾ ਹੈਗੀ ਮੌਸਕ, ਜਿੱਥੇ ਹੋਲੀ ਅਕਸਾ ਹੋਲੀ ਸੀਗੀ, ਇਹਦੇ ਆਲੇ ਦੁਆਲੇ ਪਰਦਾ ਹੁੰਦਾ ਸੀ, ਉਹ ਪਰਦਾ ਜੀਜੇ ਨੇ ਪਾੜਿਆ ਸੀਗਾ। ਇਹੋ ਹੀ ਹੁਣ ਜਿੰਨਾ ਉਹਦਾ ਸੀਗਾ ਰਕਬਾ ਜਾਂ ਜਿੰਨਾ ਉਹਦੀ ਮੈਜਰਮੈਂਟ ਸੀਗੀਆਂ ਕਿੰਨਾ ਵੱਡਾ ਅਤੇ ਛੋਟਾ, ਉਹੀ ਹਰਿਮੰਦਰ ਹੈਗਾ ਉਸੇ ਸਾਈਜ਼ ਦਾ। ਹਰਿਮੰਦਰ ਵੱਡਾ ਵੀ ਬਣ ਸਕਦਾ ਸੀ, ਨਹੀਂ ਜਿੰਨਾ ਉਹ ਹੋਲੀ ਅਕਸਾ ਹੋਲੀ ਸੀਗਾ ਜਾਂ ਅਲ ਅਕਸਾ ਜਿਹੜੀ ਹੀਰਮ ਬਾਰਸ ਸੀਗੀ, ਉਸੇ ਜਿੰਨਾ ਉਹ ਹੈਗਾ ਓਨਾ ਹੀ ਉਹ ਹੈਗਾ। ਅਤੇ ਬਾਕੀ ਹੈਗਾ ਜੇ ਤੁਸੀਂ ਸੋਚੋ ਕਿ ਜੇ ਰੱਬ ਇੱਕ ਹੈਗਾ ਤਾਂ ਉਹਦਾ ਦੀਨ ਵੀ ਇੱਕ ਹੀ ਹੋਏਗਾ, ਦੋ ਤਾਂ ਨਹੀਂ ਨਾ ਹੋ ਸਕਦੇ।
ਆ ਜਿਹੜੇ ਲੋਕ ਕਹਿੰਦੇ ਇੰਟਰਫੇਸ ਵਗੈਰਾ ਹੈਗੇ ਇਹ ਉਹਦੇ 'ਚ ਹੈ ਨਹੀਂ ਗੀਆਂ, ਇਹ ਅੰਨੀਆਂ ਜੇ ਮਨ ਦੇ ਅੰਨੀਆਂ ਜੇ ਇੰਟਰਫੇਸ ਹੈਗੀ, ਮਨ ਦੇ ਸੁਜਾਖੀਆਂ 'ਚ ਨਹੀਂ ਹੈਗੀ। ਮੈਂ ਕਿਤਾਬ ਲਿਖੀ ਹੈਗੀ ਉਹ ਵਨ ਵਰਡ ਵਨ ਫੇਸ ਅੰਗਰੇਜ਼ੀ 'ਚ ਅਤੇ ਪੰਜਾਬੀ 'ਚ ਵੀ ਲਿਖੀ ਹੈਗੀ ਕੱਖ ਹੋਏ ਲੱਖ, ਇਹਦੇ 'ਚ ਇਹੋ ਹੀ ਦੱਸਿਆ ਵੀ ਇੱਕ ਇੱਕ ਅੱਲਾ ਹੈਗਾ ਉਹਦਾ ਹੀ ਇੱਕੋ ਕਲਾਮ ਹੈਗਾ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ। ਇੱਥੇ ਮੈਂ ਕੁਛ ਲਿਖਿਆ ਹੈਗਾ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਆਹ ਹੈਗਾ ਜਿਹੜਾ ਹੈਵਨ ਐਂਡ ਹੈਲ, ਇੱਥੇ ਆਹ ਹੈਗਾ ਅੱਲਾ ਦਾ ਜਿਹੜਾ ਘਰ ਦਿਲ 'ਚ, ਇਹ ਦਿਲ ਦਾ ਹੈਗਾ ਮੁਸਲਮਾਨ ਦਿਲ ਦਾ ਹੁੰਦਾ, ਮੁਸਲਮਾਨ ਮੂਮ ਦਿਲ ਹੋਵੇ ਅੰਤਰ ਦੀ ਮਲ ਦਿਲ 'ਚ ਹੋਵੇ, ਅੰਤਰ ਦੀ ਮਲ ਹੈਗੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅਤੇ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ 'ਤੇ ਸਭ ਜਗ ਉੱਭਿਆ ਕੌਣ ਭਲੇ ਕੌਣ ਮੰਦੇ। ਇਸ ਕਰਕੇ ਅੱਲਾ ਦੇ ਵਿੱਚ ਜਿਹੜਾ ਹੈਗਾ ਅੱਲਾ ਦੇ ਆਦਮੀ ਹੈਗੇ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਇਹ ਜਿਹੜੇ ਮਾਰਦੇ ਨੇ ਮੁਹੰਮਦਨ ਬਣ ਮੁਸਲਮਾਨ ਜਾਂ ਲੱਗਾਂ ਤੇ ਰੱਥੇ ਕੱਟਣ, ਇਹ ਮੁਸਲਮਾਨ ਨਹੀਂ ਹੈਗੇ, ਇਹ ਕਾਫਰ ਹੈਗੇ ਨੇ। ਅਤੇ ਇਹਨਾਂ ਦਾ ਇਸਲਾਮ ਜਿਹੜਾ ਸ਼ੈਤਾਨ ਦਾ ਹੈਗਾ। ਅਤੇ ਲੋਕ ਦੇਖਿਆ ਜੇ ਕਿੱਦਾਂ ਸਫ਼ਰ ਕਰਦੇ, ਅਫਗਾਨਿਸਤਾਨ ਅਫਗਾਨ ਜਿਹੜੇ ਸੀਗੇ ਇੰਡੀਆ 'ਤੇ ਹਮਲਾ ਕਰ ਦਿੰਦੇ ਸੀਗੇ ਲੁੱਟਮਾਰ ਕਰਕੇ ਤਾਂ ਵਾਪਸ ਚੜੇ ਜਾਂਦੇ ਸੀਗੇ। ਅਤੇ ਅੱਜ ਉਹ ਜਿਹੜੀ ਲੁੱਟਮਾਰ ਦੇ ਜ਼ੁਲਮ ਕੀਤੇ ਉਹਨਾਂ ਦਾ ਅੱਜ ਉਹਨਾਂ ਨੂੰ ਰਿਵਾਰਡ ਮਿਲ ਰਿਹਾ ਹੈਗਾ। ਜਿਹੜੇ ਕਿ ਪਿੱਛੇ ਜਿਨ੍ਹਾਂ ਨੇ ਵੀ ਕੋਈ ਇੱਧਰ ਕਲਯੁੱਗ ਵਿੱਚ ਇੱਧਰ ਕਰ ਉੱਧਰ ਪਾ, ਕਲਯੁੱਗ ਵਿੱਚ ਉਸੇ ਯੁੱਗ ਵਿੱਚ ਤੁਹਾਨੂੰ ਪਿਛਲੇ ਕਰਮਾਂ ਦਾ ਫਲ ਮਿਲ ਜਾਂਦਾ ਹੈਗਾ, ਦੂਏ ਯੁੱਗਾਂ 'ਚ ਅਗਲੇ ਯੁੱਗ ਮਿਲਦਾ ਸੀਗਾ ਅਤੇ ਇਹ ਇੱਥੇ ਹੀ ਮਿਲ ਜਾਂਦਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਅਤੇ ਇਹਦਾ ਹੈਗਾ ਵੀ ਲੋਕਾਂ ਨੂੰ ਇੰਨਾ ਇੰਟਰਸਟ ਨਹੀਂ ਹੈਗਾ। ਆਹ ਮੇਰੀ ਕਿਤਾਬ ਹੈਗੀ ਪੰਜਾਬੀ ਦੀ ਕੱਖੋਲੇ ਲੱਖ, ਇਹ ਵੀ ਤੁਹਾਨੂੰ ਮਿਲ ਜਾਏਗੀ ਆਪਣੇ ਇੰਟਰਨੈਟ 'ਤੇ। ਅਤੇ ਆਹ ਗਣੇਸ਼ ਦੀ ਫੋਟੋ ਦੇਖ ਕੇ ਜਿਹੜੇ ਹੈਗੇ ਨਾ ਫਨੈਟਿਕ, ਜਿਨ੍ਹਾਂ ਨੂੰ ਕੁਛ ਨਹੀਂ ਪਤਾ, ਸਿੱਖ ਹੁੰਦਾ ਜੇ ਕੋਈ ਸਿੱਖਿਆ ਹੋਵੇ ਇਹ ਰੂਹਾਨੀਅਤ ਦੀ, ਇਹਨਾਂ ਤੁਸੀਂ ਆਪਣੇ ਜਿਸਮ ਦੇ ਬਾਰੇ ਸਿੱਖਣਾ ਹੈਗਾ। ਸ਼ਰੀਅਤ ਲਈ ਉਹ ਹਿੰਦੂ ਹੁੰਦਾ, ਹਿੰਦੂ ਉਹ ਹੁੰਦਾ ਜਿਹਨੂੰ ਆਪਣੀ ਹੋਂਦ ਪਤਾ ਹੋਵੇ। ਜਿੱਦਾਂ ਪੰਜਾਬ ਇੰਡੀਆ 'ਚ ਹੁੰਦਾ ਨਾ ਆਪਣੇ ਆਪਣੇ ਪਿੰਡ 'ਚ ਕੋਈ ਆਵੇ ਨਾ ਅਣਜਾਣ ਆਦਮੀ ਤਾਂ ਕਹਿੰਦਾ ਤੂੰ ਹੁੰਦਾ ਕੌਣ ਹੈ, ਉਹ ਦੱਸਦਾ ਵੀ ਫਲਾਣੇ ਪਿੰਡ ਦਾ ਰਹਿਣ ਵਾਲਾ ਅਤੇ ਫਲਾਣੇ ਦਾ ਪੁੱਤਰ ਹੈਗਾ। ਜਦੋਂ ਜਾਤੀ ਔਰ ਵਾਸੀ ਦੱਸਦਾ ਨਾ ਉਹ ਆਪਣੀ ਆਪਣੀ ਕੀ ਉਹ ਕਹਿੰਦੇ ਖੁਦੀ ਜਾਂ ਹੈਸੀਅਤ, ਆਪਣੀ ਹੈਸੀਅਤ ਦੱਸਦਾ ਨਾ ਜਦੋਂ ਵੀ ਮੈਂ ਕੌਣ ਹੈਗਾ, ਉਹ ਹਿੰਦੂ ਹੁੰਦਾ ਹੈਗਾ। ਜਿਹੜਾ ਹਰਾਮ ਦਾ ਹੁੰਦਾ ਉਹਦਾ ਨਹੀਂ ਕੋਈ ਪਿਓ ਹੁੰਦਾ, ਉਹ ਨਹੀਂ ਦੱਸ ਸਕਦੇ ਕਿਹੜਾ ਪੁੱਤਰ ਹੈਗਾ। ਜਾਂ ਫਿਰ ਆਦਮੀ ਹਿੰਦੂ ਹੁੰਦਾ ਅਤੇ ਜਾਂ ਆਪਣੇ ਹਰਾਮ ਦਾ ਹੁੰਦਾ। ਜਿਹੜਾ ਹਿੰਦੂ ਹੁੰਦਾ ਉਹੀ ਸਿੱਖ ਬਣ ਸਕਦਾ ਹੈਗਾ, ਉਹੀ ਮੁਸਲਮਾਨ ਬਣ ਸਕਦਾ ਹੈਗਾ। ਜਿਹੜਾ ਪੱਕਾ ਸਿੱਖ ਹੋਵੇ ਉਹ ਮੁਸਲਮਾਨ ਹੁੰਦਾ ਹੈਗਾ, ਗੁਰਮੁਖ ਸਿੱਖ। ਇਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਸਾਰੀਆਂ ਇੱਥੇ ਹੈਗੀਆਂ, ਕਿਤਾਬਾਂ 'ਚ ਨਹੀਂ ਮਿਲਦੀਆਂ। ਕਿਤਾਬਾਂ 'ਚ ਤੁਸੀਂ ਪੜ੍ਹੋਗੇ ਲਿਖੋਗੇ ਤਾਂ ਤੁਸੀਂ ਅੰਨੇ ਹੋ ਗਏ ਜਿੰਨਾ। ਇਸੇ ਕਰਕੇ ਇੱਕ ਹੈਗਾ ਆਪਣੇ ਇਕਬਾਲ ਦਾ ਲਿਖਿਆ ਨਾ ਜਿਹੜਾ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦਾ ਬੰਦੇ ਸੇ ਪੁੱਛੇ ਤੇਰੀ ਰਜ਼ਾ ਕਿਆ ਹੈ, ਇਹ ਗਲਤ ਹੈਗਾ। ਖੁਦੀ ਨੂੰ ਬੁਲੰਦ ਨਹੀਂ ਕਰਨਾ, ਖੁਦੀ ਨੂੰ ਤਾਂ ਜ਼ਮੀਨ 'ਚ ਦੱਬਣਾ ਹੈਗਾ। ਜਿਹੜਾ ਬੀਜ ਹੈਗਾ ਨਾ ਮੇਰੇ ਜੱਟ ਕੌਮ ਦਾ ਬੀਜ, ਇਹ ਦੱਬ ਕੇ ਅਤੇ ਇਹਦਾ ਪੌਦਾ ਬਣਾਉਣਾ ਹੈਗਾ। ਪੌਦੇ 'ਚ ਮੇਰੀ ਜੱਟ ਕੌਮ ਦੀ ਨਿਸ਼ਾਨੀ ਹੋਏਗੀ। ਜਿਹੜਾ ਕਣਕ ਦੇ ਬੀਜ 'ਚ ਕਣਕ ਦਾ ਪੌਦਾ ਹੁੰਦਾ ਨਾ, ਇੱਦਾਂ ਹੀ ਪੌਦਾ ਬਣਾਉਣਾ ਹੈਗਾ, ਉਹ ਫਲ ਲਿਆਵੇਗਾ। ਅਤੇ ਇਹ ਹੈਗਾ ਖੁਦੀ ਕੋ ਮਲੀਆ ਮੀਰ ਜਾਂ ਖੁਦੀ ਕੋ ਦਬਾ ਇਤਨਾ, ਖੁਦੀ ਕੋ ਇਤਨਾ ਦਬਾਜ਼ ਹੈ ਉਸਕਾ
ਨਾਸ਼ ਕਰ। ਆਦਮੀ ਜਿਹੜਾ ਨਾ ਹਰ ਇੱਕ ਦੇ ਪੈਰਾਂ ਦੀ ਧੂੜ ਬਣ ਜਾਵੇ। ਤੇ ਖੁਦੀ ਕੋ ਮਾਰ ਇਤਨਾ ਕਿ ਅੱਲਾਹ ਅੱਲਾਹ ਹੈਗਾ ਜਿਹੜਾ ਜ਼ਬਰਦਸਤ ਹੈਗਾ, ਖੁਦਾ ਨੇ ਤਾਂ ਆਹ ਬਣਾਇਆ ਭਾਂਡਾ, ਇਹ ਭਾਂਡਾ ਜਿਹੜਾ ਇਹਨੂੰ ਡੈਨੀਅਰ ਜੀ ਕਹਿੰਦੇ, ਉਹ ਤਾਂ ਖੁਦਾ ਤਾਂ ਕੁਛ ਨਹੀਂ ਕਰ ਸਕਦਾ, ਇਹ ਸਾਰੀ ਤਾਕਤ ਅੱਲਾਹ ਚਾਹੀਦੀ। ਕਿ ਅੱਲਾਹ ਆਦਮੀ ਸੇ ਪੁੱਛੇ ਕਿ ਤੇਰੀ ਰਜ਼ਾ ਕਿਆ ਹੈ, ਖੁਦੀ ਕੋ ਮਾਰ ਇਤਨਾ ਕਿ ਅੱਲਾਹ ਆਦਮੀ ਸੇ ਪੁੱਛੇ ਕਿ ਤੇਰੀ ਰਜ਼ਾ ਕਿਤਨਾ ਹੈ। ਬੁਲੰਦ ਨਹੀਂ ਕਰਨਾ, ਮਾਰਨਾ ਹੈਗਾ। ਮੈਂ ਉਹ ਲਿਖਿਆ ਬੁਲੰਦ ਥੋੜ੍ਹੇ ਜਿਹੇ ਪਹਿਲਾਂ, ਮੈਂ ਜਦੋਂ ਸੋਚਿਆ ਬੁਲੰਦ ਜੀ ਬੁਲੰਦ ਤਾਂ ਕਰਨਾ ਉੱਚਾ ਹੁੰਦਾ, ਵੀ ਉਹਨੂੰ ਮੈਂ ਹੋਰ ਕਰਦਾ ਆਦਮੀ, ਜਦੋਂ ਮੈਂ ਕੀਤੀ ਤਾਂ ਅੱਲਾਹ ਦੂਰ ਹੁੰਦਾ ਅਤੇ ਮੈਂ ਹੀ ਅੰਦਰ ਰਹਿ ਜਾਂਦੀ ਸੀ ਆਦਮੀ, ਅੱਲਾਹ ਨਹੀਂ ਵੜ ਸਕਦਾ ਅੰਦਰ ਕਿਸੇ ਮੈਂ ਹੋਵੇ। ਜਦੋਂ ਤੁਸੀਂ ਉਹਦੇ ਬਣ ਜਾ ਪੁੱਤਰ, ਤਦ ਫਿਰ ਤੁਹਾਨੂੰ ਉਹ ਮੈਂ ਦੌੜ ਜਾਂਦੀ ਹੈਗੀ ਅੰਦਰੋਂ। ਮੈਂ ਨੂੰ ਕਹਿੰਦੇ ਈਗੋ, ਖੁਦੀ, ਅਤੇ ਫਿਰ ਤੁਸੀਂ ਅੱਲਾਹ ਦੇ ਪੁੱਤਰ ਅਤੇ ਅੱਲਾਹ ਤੁਹਾਡੇ 'ਚ। ਸ਼ਾਹ ਸ਼ਮ ਸਬਰੇਜੀ ਉਹ ਏਦਾਂ ਦਾ ਇੱਕ ਪੁੱਤਰ ਸੀ ਅੱਲਾਹ ਦਾ। ਅੱਲਾਹ ਜਿਹੜਾ ਹੈਗਾ ਆਪਣਾ ਸੁਪਰ ਨੈਚੁਰਲ ਫਾਦਰ ਹੈਗਾ, ਉਹ ਸਾਰੀ ਜਿਹੜੀ ਦੋ ਅੱਖਾਂ ਨਾਲ ਤੁਹਾਨੂੰ ਨਜ਼ਰ ਆਉਂਦੀ ਕੁਦਰਤ, ਉਹ ਤੁਹਾਡੇ ਵਾਸੇ 'ਚ ਆ ਜਾਂਦੀ ਹੈਗੀ। ਉਹ ਨੇਚਰ ਹੈਗੀ, ਨੇਚਰ ਜਿਹੜੀ ਉਹ ਸਾਰੀ ਤੁਹਾਡੇ ਅੰਗੂਠੇ ਥੱਲੇ ਹੈਗੀ। ਤਦੇ ਸ਼ਾਹ ਸ਼ਮ ਤਬੇ ਨੇ ਸੂਰਜ ਨੂੰ ਕਿਹਾ ਸੀ ਆ ਥੱਲੇ ਮੇਰੀ ਮੱਛੀ ਪੂਨ, ਅਤੇ ਸੂਰਜ ਆਇਆ ਸੀ। ਕਿਉਂ ਉਹ ਨੇਚਰ ਸੀਗੀ, ਉਹ ਸੁਪਰ ਨੈਚੁਰਲ ਦਾ ਸੀਗਾ ਪੁੱਤਰ, ਅੱਲਾਹ ਦਾ ਪੁੱਤਰ ਸੀ ਉਹ। ਅਤੇ ਇਸ ਕਰਕੇ ਅੱਲਾਹ ਦਾ ਪੁੱਤਰ ਬਣੋ, ਅੱਲਾਹ ਦਾ ਪੁੱਤਰ ਬਣ ਲਈ ਤੁਹਾਨੂੰ ਕਹਿ ਇਸਲਾਮਾ ਹੱਜ ਕਰਨਾ ਪੈਣਾ, ਉਹਦੇ ਤੁਸੀਂ ਕਾਬਾ ਨੂੰ ਸੱਜੇ ਹੱਥ ਰੱਖ ਕੇ ਸੱਤ ਬੀਜ ਕਰਨਾ ਹੈਗਾ ਲਾ ਬਾ ਇਲਾ ਦਾ। ਅਤੇ ਫਿਰ ਤੁਸੀਂ ਜਦੋਂ ਹੱਜ ਹੋ ਜਾਂਦਾ ਹੈਗਾ ਪੂਰਾ, ਫਿਰ ਤੁਸੀਂ ਬੰਦੇ ਦੇ ਪੁੱਤਰ ਬਣਦੇ ਆ। ਬੰਦੇ ਦੇ ਪੁੱਤਰਾਂ ਲਈ ਜਿਹੜਾ ਹੈਗਾ ਆਪਣੇ ਖੁਦਾ ਜਾਵੇ ਜਾਂ ਬ੍ਰਹਮਾ, ਉਹ ਖਾਣ ਪੀਣ ਨੂੰ ਦਿੰਦਾ ਹੈਗਾ। ਜਿੱਦਾਂ ਗਣੇਸ਼ ਹੈਗਾ ਉਹਨੂੰ ਖਾਣ ਪੀਣ ਨੂੰ ਲੱਡੂ ਜਾਂ ਸਭ ਕੁਝ ਦਿੱਤੇ ਨੇ। ਆ ਗਣੇਸ਼ ਹੈਗਾ ਇਹਦੇ 'ਚ ਲੱਡੂ ਲੁੱਡੂ ਸਭ ਦਿੰਦੇ, ਯਾਨੀ ਕਿ ਤੁਸੀਂ ਮਜ਼ੇ ਨਾਲ ਤੁਸੀਂ ਖਾਓ ਪੀਓ। ਜੇ ਤੁਸੀਂ ਸ਼ੈਤਾਨ ਦੇ ਪੁੱਤਰ ਬਣ ਗਏ ਤੁਹਾਨੂੰ ਉਹ ਬੈਠਣ ਨਹੀਂ ਦੇਵੇਗਾ। ਉਹ ਜਿਹੜੇ ਹੈਗੇ ਹੁਣ ਬੰਗਲਾਦੇਸ਼ ਜਾਂ ਹੋਰਾਂ 'ਚ ਦੇਖ ਲਓ ਕਿੱਦਾਂ ਲੋਕ ਘੁੰਮਦੇ ਫਿਰਦੇ ਨੇ, ਕਿਉਂ ਉਹ ਮੁਸਲਮਾਨ ਬਣੇ ਜਿਸਮ ਦੇ। ਸ਼ੈਤਾਨ ਅਲਜਮਾਨ ਅਲ ਅਕਸਾ ਦੇ ਪੁੱਤਰ ਹੈਗੇ ਨੇ, ਉਹ ਇੱਕ ਮੁਲਕ 'ਚ ਦੂਏ ਮੁਲਕ ਜਾਂਦੇ ਨੇ ਅਤੇ ਇੱਦਾਂ ਘੁੰਮਣਗੇ। ਜਿਹੜਾ ਆਪਣਾ ਆਪੇ ਉਹ ਸੰਭਾਲ ਗਿਆ, ਉਹ ਆਰਾਮ ਨਾਲ ਆਪਣੇ ਘਰ ਬੈਠਾ ਖਾਏ ਪੀਏਗਾ। ਇਸ ਕਰਕੇ ਜੱਟੋ ਆਪਣਾ ਪਿਓ ਨਾ ਭੁੱਲੋ, ਆਪਣਾ ਪਿਓ ਕਾਇਮ ਰੱਖੋ। ਜਿੱਦਾਂ ਹੁਣ ਇੰਡੀਆ ਵਿੱਚ ਜਦੋਂ ਵੋਟਾਂ ਦਿੱਤੀਆਂ ਨੇ, ਕਿਸੇ ਨੇ ਕਾਂਗਰਸ ਨੂੰ ਦਿੱਤੀ, ਕਿਸੇ ਨੇ ਬੀਜੇਪੀ ਨੂੰ ਦਿੱਤੀ, ਕਿਸੇ ਨੂੰ ਅਕਾਲੀ ਨੂੰ, ਕਿਸੇ ਨੂੰ ਕੁਛ ਨੂੰ, ਕਿਸੇ ਨਸ ਨੂੰ। ਘਰ ਬੱਚੇ ਅਤੇ ਜ਼ਮੀਨ ਉਹ ਤਾਂ ਜੱਟ ਦੀ ਹੈਗੀ, ਅਤੇ ਰਾਖੀ ਕੌਣ ਕਰੇਗਾ ਫਿਰ? ਜੱਟ ਹੀ ਕਰੇਗਾ ਨਾ, ਅਤੇ ਵੋਟ ਕਿਹਨੂੰ ਦੇਣੀ ਸੀ ਫਿਰ? ਜੱਟ ਨੂੰ ਦੇਣੀ ਸੀ ਨਾ। ਕਾਂਗਰਸ ਦੇ ਇਹ ਕੌਣ ਹੈਗੇ ਨੇ? ਕਾਂਗਰਸ ਹੋਇਆ, ਕਮਿਊਨਿਸਟ ਹੋਇਆ, ਅਤੇ ਆ ਸਿੱਖ ਕੌਮ ਵਾਲੇ ਲੋਕ ਜਿਹੜੇ ਆ ਜਾਂਦੇ ਨੇ, ਅਤੇ ਹਿੰਦੂ ਕੌਮ ਅਤੇ ਫਲਾਨਾ, ਇਹ ਕੌਣ ਹੈਗੇ ਨੇ? ਇਹ ਸ਼ੈਤਾਨ ਹੈਗੇ ਨੇ। 1947 'ਚ ਉਹਨਾਂ ਨੇ ਰੰਗ ਦਿਖਾਏ ਸੀ, ਅਤੇ ਭਿੰਡਰਾਂਵਾਲਾ ਵੀ ਸ਼ੈਤਾਨ ਸੀ, ਅੱਜ ਮਰ ਅਲ ਅਕਸਾ, ਉਹਨੇ ਵੀ ਰੰਗ ਦਿਖਾ ਲਿਆ ਸਿੱਖ ਕੌਮ ਬਣਾ ਕੇ 1984 'ਚ। ਅਤੇ ਇਹਨਾਂ ਤੋਂ ਸਬਕ ਸਿੱਖੋ ਅਤੇ ਆਪਣੀ ਕੌਮ ਨਾ ਭੁੱਲੋ, ਨਹੀਂ ਤਾਂ ਮਾਰੇ ਜਾਓਗੇ। ਇਹ ਅੱਧਾ ਦਾ ਪਹਿਲਾ ਸਬਕ ਹੈਗਾ, ਕਹਿ ਇਸਲਾਮਾ। ਇਹ ਜਿਹੜਾ ਕਹਿ ਇਸਲਾਮਾ ਇਮਾਨ ਹਾਸਲ ਨੇ, ਹੱਜ ਦੇ ਬਾਅਦ ਇਹ ਕਿਹਾ ਜਾਂਦਾ ਹੈਗਾ ਕਿ ਇਮਾਨ ਹੀ ਅਜਿਹਾ ਇਮਾਨ ਜਿਹੜਾ ਹੈਗਾ ਉਹ ਤੁਸੀਂ ਮੋਰਲ ਲਾਅ ਸਿੱਖ ਸੋਗੇ,
ਮੌਲਵੀ ਤੋਂ ਜਾਂ ਬ੍ਰਾਹਮਣ ਤੋਂ ਜਾਂ ਕਿਸੇ ਤੋਂ ਫਿਰ ਤੁਸੀਂ ਕੱਚਾ ਇਮਾਨ ਤੁਹਾਡੇ ਅੰਦਰ ਆਇਆ। ਕੱਚਾ ਇਮਾਨ ਸੱਚ ਹੈਗਾ, ਪੱਕਾ ਇਮਾਨ ਸੱਤ ਹੈਗਾ। ਸੱਤ ਮਿਲਦਾ ਮਾਰਫਤ ਰਾਹੀਂ। ਜੇ ਮਾਰਫਤ ਦਾ ਨਹੀਂ ਤੁਹਾਨੂੰ ਇਲਮ, ਸੱਤ ਨਹੀਂ ਪਾ ਸਕਦੇ। ਹਕੀਕਤ ਜਿਹੜੀ ਸ਼ਰੀਅਤ, ਸ਼ਰੀਅਤ ਜਿਹੜੀ ਜਿਸਮ ਨਾਲ, ਤਰੀਕਤ ਜਿਹੜੀ ਇੱਥੇ ਹੈਗੀ। ਜਿਹੜਾ ਮੁਸਲਮਾਨ ਨੇ ਹਜ ਕਰਨਾ ਉਹ ਕਾਬਾ ਇੱਥੇ ਹੈਗਾ, ਉਹ ਬਾਹਰ ਨਹੀਂ ਹੈਗਾ, ਇਸੇ ਦਿਲ 'ਤੇ ਹੈਗਾ। ਉਹਨੇ ਦਿਲ 'ਤੇ ਇਹ ਕਾਬਾ ਜਿਹੜਾ ਇਸ ਨਾਲ ਉਹਨੇ ਹਜ ਕਰਨਾ ਹੈਗਾ। ਉਹਨੂੰ ਕਾਬੇ ਨੂੰ ਸੱਜੇ ਰਸ ਰੱਖ ਕੇ ਕਿ ਮੈਂ ਅੱਲਾਹ ਦਾ ਪੁੱਤਰ ਹੈਗਾ, ਉਹਨੂੰ ਮੈਂ ਛੱਡਾਂਗਾ ਨਹੀਂ। ਬਾਹਰ ਜਿਹੜਾ ਹੈਗਾ ਉਹ ਹੈਗਾ ਆਦਮੀ ਦਾ ਪੁੱਤਰ, ਬੰਦੇ ਦਾ ਪੁੱਤਰ। ਇੱਥੇ ਜਿਹੜਾ ਹੈਗਾ ਅੱਲਾਹ ਦਾ ਪੁੱਤਰ ਹੈਗਾ, ਸ਼ੀਲ ਟੂ ਸਰਵ ਗੋਡ, ਉਹਨੂੰ ਮੁਸਲਮਾਨ ਕਹਿੰਦੇ ਨੇ। ਅਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਲੋਕ ਜਿਹੜਾ ਹੈਗੇ ਨੇ, ਇਹ ਮਜ਼ਹਬ ਜਿਹੜਾ ਹੈਗਾ ਇਹ ਲੋਕਾਂ ਦੀ ਫੀਮ ਹੈ, ਨਸ਼ਾ ਹੈਗਾ। ਅਤੇ ਜਿਹੜਾ ਲੋਕ ਨਸ਼ਾ ਉਹਨਾਂ ਦਿੰਦੇ, ਬੜੇ ਨਸ਼ੇ ਨਸ਼ੀਲੇ ਹੋ ਕੇ ਖੁਸ਼ ਹੁੰਦੇ ਨੇ, ਪਰ ਉਹ ਪਹਾੜ ਬਣਾ ਕੇ ਤੁਹਾਨੂੰ ਇੱਕ ਦੂਜੇ ਨਾਲ ਪੜਾਉਂਦਾ ਹੈਗਾ ਅਤੇ ਮਰਾਉਂਦਾ ਹੈਗਾ। ਜਿੱਦਾਂ 1947 'ਚ ਸਿੱਖ ਅਤੇ ਮੁਸਲਮਾਨ ਅਤੇ ਹਿੰਦੂ ਇਹਨਾਂ ਨੂੰ ਪੜਤਾਇਆ ਸੀ ਅਤੇ ਆਪਸ ਵਿੱਚ ਲੜਾਇਆ ਅਤੇ ਮਰਵਾਇਆ। ਜੇ ਆਪਣੀ ਕੌਮ ਸਾਂਭ ਕੇ ਰੱਖਦੇ, ਜਿੱਦਾਂ ਅਸੀਂ ਆਪਣੀ ਕੌਮ ਜੱਟ ਸਾਂਭ ਕੇ ਰੱਖੀ ਸੀ। 2008 ਆਏ, ਉਹਨਾਂ 'ਚ ਅਸੀਂ ਜੱਟਾਂ ਨੇ ਮੰਨਣਾ, ਤੁਸੀਂ ਅਰਾਈਆਂ ਨੇ, ਕੋਈ ਦੁਸ਼ਮਣੀ ਦਾ ਕੱਢ ਲਓ। ਕਹਿੰਦਾ ਕੋਈ ਦੁਸ਼ਮਣੀ ਨਹੀਂ, ਅਤੇ ਇੱਕ ਨੰਬਰ ਦਾ ਦੋਸਤ ਬਣ ਗਿਆ। ਅਤੇ ਉਹਨੇ ਸਾਡੀ ਰਾਖੀ ਵੀ ਰੱਖੀ। ਅਤੇ ਫਾਦਰ ਨੂੰ ਕਹਿੰਦਾ ਚਲੋ ਆਪਾਂ ਤਾਂ ਵਾਧਾ ਰੁਕਾਈਏ, ਪਾਰਟੀਸ਼ਨ ਰੁਕਾਈਏ, ਇੰਨਾ ਉਹਦੇ 'ਚ ਦੋਸ਼ ਆ ਗਿਆ। ਇਸ ਕਰਕੇ ਅੱਲਾਹ ਦੇ ਆਦਮੀ ਜਿਹੜੇ ਨੇ ਉਹ ਵੀ ਅੱਲਾਹ ਦੀ ਗੋਦ ਦੇ 'ਚ ਬੈਠੇ ਨੇ, ਦੂਜੇ ਨਹੀਂ ਬੈਠੇ। ਅਤੇ ਕਾਫੀ ਮੈਂ ਕੱਟ ਦਿੱਤਾ ਹੈਗਾ, ਬਾਕੀ ਹੋਰ ਦੱਸਾਂਗਾ ਤੁਹਾਨੂੰ।